are watching Channel Y. Channel Y, a South Asian Canadian channel. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 550ਵੇਂ ਪ੍ਰਕਾਸ਼ ਪਰਬ ਨੂੰ ਲੈ ਕੇ ਅੱਜ ਸੰਤ ਘਾਟ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀ, ਜੋ ਅੱਜ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਅੱਜ ਸ਼ਾਮ ਡੇਰਾ ਬਾਬਾ ਨਾਨਕ ਦੇ ਸਮਾਪਤੀ ਹੋਵੇਗੀ। ਕੱਲ੍ਹ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿੱਚ ਵੱਖ ਵੱਖ ਸਮਾਗਮ ਜਿਹੜੇ ਆ ਉਹ ਹੋਣਗੇ। IGPC ਅਤੇ ਪੰਜਾਬ ਸਰਕਾਰ ਵੱਲੋਂ ਦੋ ਸਟੇਜਾਂ ਬਣਾਈਆਂ ਗਈਆਂ ਨੇ ਅਤੇ ਉਸ ਨੂੰ ਲੈ ਕੇ ਦੋਨੋਂ ਹੀ ਵੱਖ ਵੱਖ ਸਮਾਗਮ ਜਿਹੜੇ ਹੈਗੇ ਆ ਆਪਣੇ ਸਟੇਜਾਂ 'ਤੇ ਕਰਵਾ ਰਹੇ ਨੇ। ਪਰ ਜਿਸ ਸਮੇਂ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ, ਇਹ ਨਗਰ ਕੀਰਤਨ ਸਾਹਿਬ ਦੀਆਂ ਤਸਵੀਰਾਂ ਨੇ ਜੋ ਸੁਲਤਾਨਪੁਰ ਲੋਧੀ ਦੇ ਲੋਧੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਜਿਹੜਾ ਉਹ ਨਿਕਲ ਰਿਹਾ। ਅਤੇ ਤੁਸੀਂ ਦੇਖ ਪਾ ਰਹੇ ਹੋ ਕਿ ਸੰਗਤਾਂ ਜਿਹੜੀਆਂ ਨੇ ਉਹ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਇਕੱਠੀਆਂ ਹੋਈਆਂ ਨੇ। ਗੁਰੂ ਸਾਹਿਬ ਦੀ ਪਾਲਕੀ ਦੇ ਅੱਗੇ ਨਗਾਰਾ ਫਸਦਾ ਹੋਇਆ ਤੁਸੀਂ ਦੇਖ ਪਾ ਰਹੇ ਹੋ ਅਤੇ ਉਸਦੇ ਪਿੱਛੇ ਹਾਥੀ ਦੇ ਸਵਾਰ ਹੱਟ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਜਿਹੜੇ ਨੇ ਉਹ ਉਰੇ ਉਹਦੀ ਸਵਾਰੀ ਕਰ ਰਹੇ ਨੇ। ਇਹ ਨਗਰ ਕੀਰਤਨ ਵੱਖ ਵੱਖ ਹਿੱਸਿਆਂ 'ਚ ਹੁੰਦਾ ਹੋਇਆ ਦੇਰ ਸ਼ਾਮ ਡੇਰਾ ਬਾਬਾ ਇਹ ਨਗਰ ਕੀਰਤਨ ਵੱਖ ਵੱਖ ਹਿੱਸਿਆਂ 'ਚ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ ਵਿਖੇ ਸਮਾਪਤ ਹੋਵੇਗਾ। ਇਹ ਬੀਬੀਆਂ ਦਾ ਜੱਥਾ, ਤੁਸੀਂ ਵੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਪਾਲਕੀ ਸਾਹਿਬ ਦੇ ਰਸਤੇ 'ਚ ਆਉਣ ਵਾਲੀ ਸੜਕ ਨੂੰ ਉਹ ਸਫਾਈ ਕਰ ਰਹੇ ਨੇ ਤਾਂ ਜੋ ਜਦੋਂ ਉਹਨਾਂ ਦੇ ਗੁਰੂ ਸਾਹਿਬਾਨ ਇੱਥੋਂ ਦੀ ਗੁਜਰਨ ਤਾਂ ਉਹਨਾਂ ਨੂੰ ਉਹਨਾਂ ਦੇ ਲਈ ਜਿਹੜਾ ਹੈਗਾ ਰਸਤੇ ਦੇ ਉਹ ਸਫਾਈ ਵੀ ਹੋਵੇ। ਵੱਖ ਵੱਖ ਹਿੱਸਿਆਂ ਦੇ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਨੂੰ ਲੈ ਕੇ ਲੰਗਰ ਵੀ ਲਗਾਏ ਜਾਂਦੇ ਨੇ। ਤੁਸੀਂ ਵੇਖ ਪਾ ਰਹੇ ਹੋ ਕਿ ਕੁਛ ਜਥੇਬੰਦੀਆਂ ਜਿਹੜੀਆਂ ਉਹ ਸੇਬ ਦਾ ਲੰਗਰ ਲਗਾਏ ਹੋਏ ਨੇ ਅਤੇ ਜੋ ਵੀ ਨਗਰ ਕੀਰਤਨ ਦੇ ਵਿੱਚ ਉਰੇ ਪਹੁੰਚ ਰਹੇ ਨੇ ਉਹਨਾਂ ਨੂੰ ਉਹ ਲੰਗਰ ਵੀ ਦੇ ਰਹੇ ਨੇ। ਆਪਣੀਆਂ ਸੰਗਤਾਂ ਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਸੁਲਤਾਨਪੁਰ ਲੋਧੀ ਵਿਖੇ ਹੀ ਗੁਜ਼ਾਰੇ ਸਨ ਅਤੇ ਉਰੇ ਹੀ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਮਿਲਿਆ। ਇੱਥੇ ਵਈ ਨਦੀ ਦੇ ਵਿੱਚ ਉਹ 72 ਘੰਟੇ ਅਲੋਪ ਰਹੇ ਅਤੇ ਜਦੋਂ ਉਹ ਵਾਪਸ ਪ੍ਰਗਟ ਹੋਏ ਤਾਂ ਉਹਨਾਂ ਦੀ ਆਤਮਾ ਦਾ ਮੇਲ ਪਰਮਾਤਮਾ ਨਾਲ ਹੋ ਗਿਆ ਸੀ। ਤੁਸੀਂ ਤਸਵੀਰਾਂ 'ਚ ਵੇਖ ਪਾ ਰਹੇ ਹੋ ਕਿ ਰੈੱਡ ਕਾਰਪਟ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹਨੂੰ ਲੈ ਕੇ ਆਇਆ ਜਾ ਰਿਹਾ ਨਿਹੰਗ ਸਿੱਖ ਜਥੇਬੰਦੀਆਂ ਨਗਰ ਕੀਰਤਨ ਦੀਆਂ ਅਗਵਾਈ ਕਰ ਰਹੇ ਨੇ। ਪੰਜ ਪਿਆਰਾ ਸਾਹਿਬਾਨ
ਪਾਲਕੀ ਸਾਹਿਬ ਅੱਗੇ ਚੱਲ ਰਹੇ ਨੇ, ਫੁੱਲਾਂ ਦੀ ਵਰਖਾ ਉਹਨਾਂ ਦੇ ਪੈਰਾਂ 'ਚ ਕੀਤੀ ਜਾ ਰਹੀ ਹੈ। ਵਾਹਿਗੁਰੂ 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 ਸਤਨਾਮ ਵਾਹਿਗੁਰੂ ਦਾ ਜਾਪ ਲਗਾਤਾਰ ਸੰਗਤਾਂ ਵੱਲੋਂ ਤੁਸੀਂ ਸੁਣ ਸਕਦੇ ਹੋ, ਕਿਉਂਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਬ ਪੂਰੀ ਦੁਨੀਆ ਦੇ ਵਿੱਚ ਜਿੱਥੇ ਬੜੇ ਹਰਸ਼ੋ ਉਲਾਸ ਨਾਲ ਮਨਾਇਆ ਜਾ ਰਿਹਾ, ਉੱਥੇ ਹੀ ਸੁਲਤਾਨਪੁਰ ਲੋਧੀ ਜਿੱਥੇ ਉਹਨਾਂ ਨੇ ਆਪਣੇ ਜੀਵਨ ਦੇ ਲਗਭਗ 15 ਸਾਲ ਗੁਜ਼ਾਰੇ ਸਨ, ਉੱਥੇ ਨਗਰ ਕੀਰਤਨ ਦੇ ਜਿਹੜਾ ਹੈਗਾ ਉਹ ਹੁਣ ਕੱਢਿਆ ਜਾ ਰਿਹਾ। ਇਹ ਨਗਰ ਕੀਰਤਨ ਗੁਰਦੁਆਰਾ ਸੰਤ ਘਾਟ ਤੋਂ ਸ਼ੁਰੂ ਹੋਇਆ ਸੀ ਅਤੇ ਵੱਖ ਵੱਖ ਹਿੱਸਿਆਂ 'ਚ ਹੁੰਦਾ ਹੋਇਆ ਇਹ ਦੀ ਸਮਾਪਤੀ ਗੁਰਦੁਆਰਾ ਬੇਰ ਸਾਹਿਬ 'ਚ ਸਮਾਪਤ ਹੋਵੇਗੀ। ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਸਿੱਖ ਸੰਗਤ ਵੱਖ ਵੱਖ ਹਿੱਸਿਆਂ ਦੇ ਵਿੱਚ ਇੰਤਜ਼ਾਰ ਕਰ ਰਹੀ ਹੈ ਅਤੇ ਦਰਸ਼ਨ ਕਰ ਰਹੀ ਹੈ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਪਾਲਕੀ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਤੁਸੀਂ ਵੀ ਦਰਸ਼ਨ ਕੀਤੇ ਹੈ। ਤੁਸੀਂ ਤਸਵੀਰਾਂ 'ਚ ਵੇਖ ਪਾ ਰਹੇ ਹੋ ਕਿ ਰੈੱਡ ਕਾਰਪੇਟ ਜਿਹੜਾ ਹੈਗਾ ਉਹ ਵਿਛਾਉਣਾ ਤਰੀਕਾ, ਇੱਕ ਟਰੋਲੀ ਦੇ ਵਿੱਚ ਕਈ ਰੈੱਡ ਕਾਰਪੇਟ ਰੱਖੇ ਗਏ ਨੇ ਅਤੇ ਉਹ ਰੈੱਡ ਕਾਰਪੇਟ ਜਦੋਂ ਇੱਕ ਸਮਾਪਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਦੂਸਰਾ ਨਵਾਂ ਰੈੱਡ ਕਾਰਪੇਟ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਂਦਾ ਅਤੇ ਪਿਛੋਂ ਉਸ ਪਹਿਲੇ ਵਾਲੇ ਰੈੱਡ ਕਾਰਪੇਟ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈਗਾ। ਲਗਾਤਾਰ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਦੇ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਨੂੰ ਲੈ ਕੇ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ, ਉਸ ਪਾਲਕੀ ਸਾਹਿਬ ਦੇ ਅੱਗੇ ਰੈੱਡ ਕਾਰਪੇਟ ਦੀ ਜਿਹੜੀ ਸੇਵਾ ਹੈਗੀ ਆ ਉਹ ਨੌਜਵਾਨਾਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਤੁਸੀਂ ਵੇਖ ਪਾ ਰਹੇ ਹੋ ਕਿ ਇਹ ਨੌਜਵਾਨ ਜਿਹੜੇ ਨੇ ਲਗਾਤਾਰ ਰੈੱਡ ਕਾਰਪੇਟ ਵਿਛਾਉਣ ਦੀ ਜਿਹੜੀ ਸੇਵਾ ਉਹ ਇਹਨਾਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਤੁਸੀਂ ਤਸਵੀਰਾਂ 'ਚ ਹੁਣ ਦੇਖ ਪਾਓਗੇ ਕਿ ਕਿਸ ਤਰ੍ਹਾਂ ਰੈੱਡ ਕਾਰਪੇਟ ਵਿਛਾ ਕੇ ਇਹ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ। ਸੁਲਤਾਨਪੁਰ ਲੋਧੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਚ ਹੁੰਦਾ ਹੈ ਇਹ ਨਗਰ ਕੀਰਤਨ, ਜਿੱਥੇ ਵੀ ਜਾਊਗਾ ਉੱਥੇ ਰੈੱਡ ਕਾਰਪੇਟ ਦੇ ਰਾਹੀਂ ਇਸਦਾ ਸਵਾਗਤ ਜਿਹੜਾ ਉਹ ਇਹਨਾਂ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਆਲ ਵਰਲਡ ਗੁਰੂ ਨਾਨਕ ਦੇਵ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ। ਅਕਾਲ ਤਖ਼ਤ ਵੱਲੋਂ, ਸ਼੍ਰੀ ਅਕਾਲ ਤਖ਼ਤ ਵੱਲੋਂ ਸਾਰੀ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਔਰ ਗੁਰਬਾਣੀ ਔਰ ਬਾਣੀ ਨਾਲ ਜੁੜਨਾ ਚਾਹੀਦਾ ਹੈ। ਇਸ ਕਰਕੇ ਸਾਰੇ ਗੁਰਸਿੱਖਾਂ ਨੂੰ ਗੁਰਬਾਣੀ ਔਰ ਬਾਣੀ ਨਾਲ ਜੁੜ ਕੇ ਇੱਕ ਜਿਵੇਂ ਬਾਬਾ ਜੀ ਨੇ ਕਿਹਾ ਕਿ ਜਿੱਥੋਂ ਉਹਨਾਂ ਨੇ ਵਧਾਈ ਦਿੱਤੀ ਹੈ ਉੱਥੇ ਹੀ ਅਸੀਂ ਨੌਜਵਾਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਵੱਲੋਂ ਰੈੱਡ ਕਾਰਪੇਟ ਦੀ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ। ਕੀ ਨਾਮ ਹੈ ਵੀਰੇ? ਸੁਖਦੇਵ ਸਿੰਘ। ਸੁਖਦੇਵ, ਰੈੱਡ ਕਾਰਪੇਟ ਵਿਛਾ ਰਹੇ ਹੋ, ਇਹ ਸੇਵਾ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਈ? ਇਹ ਮਹਾਰਾਜ ਦੇ ਸਾਰੀ ਸੰਗਤ ਨੇ ਰਲ ਕੇ ਸੋਚਿਆ ਕਿ ਬਹੁਤ ਵਧੀਆ ਲੱਗਦਾ ਕਿ ਜਦੋਂ ਆਪਾਂ ਸੇਵਾ ਕਰਦੇ ਹਾਂ ਗੁਰੂ ਦੀ, ਕੁਛ ਵੀ ਜਿੱਦਾਂ ਕਹਿ ਲਓ ਆਪਾਂ ਝਾੜੂ ਦੀ ਜਾਂ ਮੈਟਾਂ ਦੀ ਕੋਈ ਵੀ ਫੁੱਲਾਂ ਦੀ, ਬਹੁਤ ਵਧੀਆ ਲੱਗਦਾ। ਅਤੇ ਇਸ ਲਈ ਸਾਰੀ ਸੰਗਤ ਦੇ ਉਪਰਾਲੇ ਨਾਲ ਹੀ ਇਹ ਸਭ ਕੁਛ ਮਤਲਬ ਕਿ ਸੰਗਤਾਂ ਨੇ ਸੋਚ ਕੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ। ਕਾਫੀ ਵੱਡਾ ਪਿੰਡ ਹੈਗਾ ਤਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰ ਰਹੇ ਹੋ ਕਿ ਰੈੱਡ ਕਾਰਪੇਟ ਜਿਹੜਾ ਹੈਗਾ ਉਹ ਪੂਰੇ ਰਸਤੇ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਡੇ ਨੌਜਵਾਨਾਂ ਵੱਲੋਂ ਜਿਹੜਾ ਵਿਛਾਇਆ ਜਾ ਰਿਹਾ? ਕਿੰਨੇ ਨੌਜਵਾਨ ਹੈ ਅਤੇ ਕਿਹੜੀ ਸੰਸਥਾ ਨਾਲ ਤੁਸੀਂ ਬਿਲੋਂਗ ਕਰਦੇ ਹੋ? ਇਹ ਹੈਗੀ ਆ ਜੀ ਭਾਈ ਮਰਦਾਨਾ ਜੀ ਸੇਵਾ ਸੁਸਾਇਟੀ ਕਿ ਜਿਹਦੇ ਵਿੱਚ ਤਕਰੀਬਨ 150-180 ਦੇ ਲਾਗੇ ਤਕਰੀਬਨ ਨੌਜਵਾਨ ਮੁੰਡੇ ਆ ਜਿਹੜੀ ਸੇਵਾ ਕਰ ਰਹੇ ਆ। ਅਤੇ ਕੋਈ ਮਤਲਬ ਕਿ ਇੱਦਾਂ ਦੀ ਕੋਈ ਗੱਲ ਨਹੀਂ ਕਿ ਜਿੱਦਾਂ ਕਹਿ ਲਓ ਕਿ ਪਰੇਸ਼ਾਨੀ ਆਵੇ ਜਾਂ ਕੋਈ ਥੱਕ ਜੇ ਜਾਂ ਕੋਈ ਨਾ ਹੋਵੇ। ਬਹੁਤ ਸੰਗਤਾਂ ਜਿੱਦਾਂ ਬਹੁਤ ਨੌਜਵਾਨ ਆ ਕਿ ਕੋਈ ਪਰੇਸ਼ਾਨੀ ਨਹੀਂ ਆ ਰਹੀ ਸਾਨੂੰ, ਬਹੁਤ ਵਧੀਆ ਲੱਗ ਰਿਹਾ ਅਤੇ ਸੇਵਾ ਕਰ ਰਹੀ ਹੈ ਸਾਰੀ ਸੰਗਤ। ਹਾਂਜੀ, ਵਿਛਾਉਣ ਦਾ ਤਰੀਕਾ ਕੀ ਰਿਹਾ? ਵਿਛਾਉਣ ਦਾ ਤਰੀਕਾ ਜੀ ਜਿੱਦਾਂ ਕਹਿ ਲਓ ਕਿ ਅੱਗੇ ਅੱਗੇ ਸੰਗਤ ਜਿਹੜੇ ਨੌਜਵਾਨ ਮੁੰਡੇ ਆ ਇਹ ਵਿਛਾਈ ਜਾ ਰਹੇ ਆ ਅਤੇ ਪਿੱਛੇ ਇੱਕ ਹੋਰ ਟਰਾਲੀ ਜਿੱਦਾਂ ਕਹਿ ਲਓ ਕਿ
ਉਹ ਪਿੱਛੇ ਪਿੱਛੇ ਨੌਜਵਾਨ ਲੱਗੇ ਹੋਏ ਕੁਛ ਉਹ ਇਕੱਠੇ ਕਰੀ ਜਾ ਰਹੇ ਨਾਲ ਨਾਲ ਫਿਰ ਇਸ ਤੋਂ ਬਾਅਦ ਚੱਕ ਕੇ ਲਿਆਉਣ ਕੇ ਫਿਰ ਉਸ ਤੋਂ ਦੁਬਾਰਾ ਫਿਰ ਉਹੀ ਮੈਟ ਅੱਗੇ ਦੀ ਅੱਗੇ ਵਿਛਾਈ ਜਾ ਰਹੇ ਹਾਂ ਬਿਲਕੁਲ ਤੁਸੀਂ ਦੇਖਿਆ ਕਿ ਤਸਵੀਰਾਂ ਦੇ ਵਿੱਚ ਕਿ ਇਹਨਾਂ ਨੌਜਵਾਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਰੈੱਡ ਕਾਰਪਟ ਦੇ ਉੱਤੇ ਜਿੱਥੇ ਪਹਿਲਾਂ ਪੰਜ ਪਿਆਰੇ ਜਿਹੜੇ ਆ ਉਹ ਇਸ ਨਗ ਕੀਰਤਨ ਦੀ ਜਿਹੜੀ ਹੈ ਅਗਵਾਈ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਹੈਗੀ ਪਾਲਕੀ ਸਾਹਿਬ ਜਿਹੜੀ ਹੈ ਉਹ ਪਿੱਛੇ ਉਹਨਾਂ ਦੇ ਆ ਰਹੇ ਨੇ ਇਹ ਇੱਕ ਵੱਖਰੀ ਹੀ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ ਤੁਸੀਂ ਵੇਖਿਆ ਕਿ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੀ ਸਿੱਖ ਸੰਗਤ ਹੈਗੀ ਉਸ ਨਗਰ ਕੀਰਤਨ 'ਚ ਪਹੁੰਚੀ ਹੈ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਇਹ ਨਗਰ ਕੀਰਤਨ ਦੇਰ ਸ਼ਾਮ ਤੱਕ ਗੁਰਦੁਆਰਾ ਬੇਰ ਸਾਹਿਬ ਪਹੁੰਚੇਗਾ ਅਤੇ ਉੱਥੇ ਸਮਾਪਤ ਹੋ ਜਾਵੇਗਾ ਸੁਲਤਾਨਪੁਰ ਲੋਧੀ ਇੰਡੀਆ ਤੋਂ ਕੈਮਰਾਮੈਨ ਕਮਲ ਦੇ ਨਾਲ ਇੰਦਰਜੀਤ ਬਖਸ਼ੀ ਵਾਈ ਮੀਡੀਆ ਗਰੁੱਪ ਲਈ ਯੂ ਆਰ ਵਾਚਿੰਗ ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ